ਆ ਮੀਆਂ ਸਾਹਿਬ ਸੁਣਿਆ ਤੁਸੀਂ ਆਪਣੇ ਹੱਥਾਂ ਦੀਆਂ ਤਲੀਆਂ ਕਿਸੇ ਨੂੰ ਨਹੀਂ ਸੀ ਦਿਖਾਉਂਦੇ ਹੁੰਦੇ ਬੀਬੀ ਵਿੱਚ ਬਾਜ਼ਾਰ ਤੋਂ ਹੀ ਮਦ ਲਕੀਰ ਕੋਈ ਨਹੀਂ ਇਹ ਗੱਲ ਠੀਕ ਹੈ ਜੀ ਕਿ ਐਵੇਂ ਹੀ ਕਹਿੰਦੇ ਨੇ ਗੋਲ ਕਪਿਆ ਮੇਰੇ ਹੱਥਾਂ ਦੀਆਂ ਤਲੀਆਂ ਵੇਖ ਹੁਣ ਪੈਰਾਂ ਦੀਆਂ ਦਿਖਾਵਾਂ ਤੇ ਇਹ ਬਾਜ਼ਾਰ ਤੋਂ ਜਮਾ ਦੀ ਲਕੀਰ ਵੇਖ ਲੈ ਯਾਰ ਭਾਵੇਂ ਛੋਟੀ ਹੈ ਇਤਨਾ ਫਰਕ ਨਹੀਂ ਪੈਂਦਾ ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਕੋਈ ਮੈਨੂੰ ਇਸ ਤੌਰ 'ਚ ਵਾਰ ਕੱਢ ਕੇ ਛੁੱਟ ਦੇ ਮੈਂ ਹੱਥ ਰਖ ਲੈਂਦਾ ਸੀ ਕੰਮ ਕਰ ਲੱਗਿਆ ਕਿਤੇ ਢੱਠ ਨਾ ਜਾਏ ਬੜਾ ਜ਼ਾਮਬਿਆ ਯਾਰ ਇਹਨੂੰ ਟੁਰਦਿਆਂ ਫਿਰਦਿਆਂ ਉੱਠਦਿਆਂ ਬੈਂਦਿਆਂ ਮੈਂ ਵਜ਼ਾਰ ਦੇ ਉਸ ਮੈਂ ਤਸੱਵਰ ਨਾਲ ਪਤਾ ਕੀ ਗੋਣਾ ਨੇੜਿਆ ਆਹ ਟੁਰਦਿਆਂ ਟੁਰਦਿਆਂ ਆ ਹੀ ਗਈ ਨਾ ਵੱਡੇ ਮੀਆਂ ਹੁਣਾਂ ਤੁਸੀਂ ਬਾਹਰ ਕਿਦਾਂ ਕੱਲਾਏ ਸੀ ਫੇਲੇ ਅਬ ਦੱਸੋਗੇ ਸਾਨੂੰ ਇੱਕ ਬੰਦਾ ਕਹਿੰਦਾ ਜੈਸ਼ਨ ਦੇ ਜਾ ਕੇ ਚਿੜੀਆਂ ਛੜਿਆ ਕਰ ਮੈਂ ਇੰਨੀ ਚਿੜੀ ਛੱਡੀ ਯਕੀਨ ਕਰੋ ਜਿੱਥੇ ਬੰਦਾ ਟੱਕਰਨਾ ਪੈਸੇ ਦੇ ਕੇ ਜਿੜੀਆਂ ਚੜਾਉਣੀਆਂ ਉਹ ਫਿਰ ਉਡੋ ਡਈਆ ਪਿਆ ਸਰ ਪਾਸੇ ਇਸੇ ਰੋਲੇ ਗੋਲੇ ਛੋਟੇ ਉਡਈਏ ਜਮੀਆ ਸਾਹਿਬ ਵੀ ਟਾਈਮ ਲਗਾ ਤੇ ਉੱਡ ਗਏ ਤੂੰ ਕਿਉ ਸਿਰ ਮਾਰਦਾ ਕੋਈ ਗਲਤ ਗੱਲ ਕੀਤੀ ਇੱਥੇ ਸਾਹਬ ਹੋਊਗਾ ਜੀ ਜਾਂ ਤੇਰਾ ਹੁਣੇ ਹੀ ਕਰਾਂ ਮੈਂ ਹਮ ਇਫਤਿਹ ਸਮਝਾਇਆ ਕਰ ਯਾਰ ਇਹਨਾਂ ਨੂੰ ਪੋਚੀ ਲਿਆ ਸੁਣ ਲਓ ਮੈਂ ਬਾਕੀ ਗੱਲਾਂ ਭੁੱਲ ਜਾਵਾਂ ਲੇਕਿਨ ਉਹ ਜੜੀ ਮੈਂ ਨਿਆਜ਼ੀ ਨੇ ਘੜੀ ਵੇਚੀ ਹੁਣੇ ਮੈਂ ਛੱਡਣੀ ਉਹ ਗੱਲੀ ਘੜੀ ਨਹੀਂ ਸੀ ਭਾਈ ਸੁਣ ਲਓ ਉਹ ਇੱਕ ਪੂਰਾ ਉਹਦੇ ਵਿੱਚ ਸ਼ਡਿਊਲ ਸੀ ਕਿਹੜੇ ਟਾਈਮ ਉੱਠਣਾ ਕਿਹੜੇ ਟਾਈਮ ਸੌਣਾ ਕਿਹੜੇ ਟਾਈਮ ਜਾਗਣਾ ਕੀ ਕਰਨਾ ਟੁਰਨਾ ਫਿਰਨਾ ਸਾਰਾ ਕੁਝ ਉਹਦੇ ਵਿੱਚ ਸੀ ਮੈਂ ਸੁਣਿਆ ਉਹਦੇ ਨਾਲ ਹੀ ਕੰਮ ਚੱਲਣੇ ਸੀ ਸਾਰੇ ਸੱਚ ਪੁੱਛੋ ਤੇ ਮੈਨੂੰ ਕਿਸੇ ਦੱਸਿਆ ਜਮਹੂਰੀ ਘੜੀ ਸੀ ਉਹ ਉੱਚ ਜਮਹੂਰੀਅਤ ਦੀ ਸਾਰੀਆਂ ਗੱਲਾਂ ਸੀ ਤੇ ਨਿਆਜ਼ੀ ਨੂੰ ਆਰਾਮ ਨਹੀਂ ਸੀ ਆਉਂਦੀ ਸਮਝ ਆ ਗਈ ਜੇ ਤੇ ਭਾਈ ਗੱਲ ਇਹ ਆ ਕਿ ਉਹਦੇ ਵਿੱਚ ਇਹ ਵੀ ਪਤਾ ਲੱਗਦਾ ਸੀ ਫੜਨਾ ਕਿਹਨੂੰ ਤੇ ਛੜਨਾ ਕਿਨੂੰ ਹੈ ਲਾਰਮ ਵੀ ਲੱਗ ਜਾਂਦਾ ਸੀ ਆ ਬੰਦਾ అలਾਰਮ ਲਾਵੇ ਤਾਂ ਕਿ ਸੁੱਤਾ ਉੱਠ ਪਿਓ ਉਹ ਨਾ ਬੰਦਾ ਸੁੱਤਾ ਰਹਿ ਜਾ ਜਮਹੂਰੀਅਤ ਦੀ ਗੱਡੀ ਗਾਂ ਨੰਗ ਜਾਏ